ਮਹਿੰਗਾ ਮੋਬਾਈਲ ਅਤੇ VIP ਮੋਬਾਈਲ ਨੰਬਰ ਰੱਖਣ ਦਾ ਸ਼ੌਕੀਨ ਤਾਂ ਅੱਜ ਕੱਲ੍ਹ ਹਰ ਕੋਈ ਹੈ, ਪਰ ਦਿੱਕਤ ਉਦੋਂ ਆਉਂਦੀ ਹੈ ਜਦੋਂ ਸਾਨੂੰ ਆਪਣੀ ਪਸੰਦ ਦਾ VIP ਮੋਬਾਈਲ ਨੰਬਰ ਨਹੀਂ ਮਿਲਦਾ। ਪਰ ਹੁਣ ਕੁਝ ਟੈਲੀਕਾਮ ਕੰਪਨੀਆਂ ਤੁਹਾਡੀ ਪਸੰਦ ਦਾ VIP ਮੋਬਾਈਲ ਨੰਬਰ ਤੁਹਾਨੂੰ ਆਸਾਨੀ ਨਾਲ ਦੇ ਰਹੀਆਂ ਨੇ। ਇਹ ਨਵੀਂ ਸੇਵਾ ਸ਼ੁਰੂ ਕੀਤੀ ਹੈ ਸਰਕਾਰੀ ਟੈਲੀਕਾਮ ਕੰਪਨੀ BSNL ਅਤੇ ਨਿੱਜੀ ਕੰਪਨੀ ਵੋਡਾਫੋਨ ਨੇ। ਹੁਣ ਤੁਹਾਨੂੰ VIP ਨੰਬਰ ਲੈਣ ਦੀ ਵੀ ਕਾਹਲੀ ਪੈ ਗਈ ਹੋਵੇਗੀ, ਪਰ ਉਸ ਤੋਂ ਪਹਿਲਾਂ ਇਹ ਤਾਂ ਸੁਣ ਲਓ ਕਿ VIP ਨੰਬਰ ਖਰੀਦਣ ਲਈ ਕਰਨਾ ਕੀ ਹੋਵੇਗਾ। ਬੜਾ ਸੌਖਾ ਜਿਹਾ ਤਰੀਕਾ BSNL ਦਾ VIP ਜਾਂ ਪ੍ਰੀਮੀਅਮ ਨੰਬਰ ਲੈਣ ਲਈ ਤੁਹਾਨੂੰ ਪਹਿਲਾਂ BSNL ਦੀ ਅਧਿਕਾਰਕ ਵੈਬਸਾਈਟ 'ਤੇ ਜਾਣਾ ਪਏਗਾ। ਇੱਥੇ ਭਾਰਤ ਦਾ ਇੱਕ ਨਕਸ਼ਾ ਦਿਖਾਈ ਦੇਵੇਗਾ ਜਿਸ 'ਤੇ ਤੁਹਾਨੂੰ ਆਪਣੇ ਸੂਬੇ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇੱਥੇ ਕੁਝ ਨੰਬਰਾਂ ਦੀ ਲਿਸਟ ਮਿਲੇਗੀ। ਇਸ ਲਿਸਟ 'ਚੋਂ ਜੇਕਰ ਤੁਹਾਨੂੰ ਕੋਈ ਨੰਬਰ ਪਸੰਦ ਆਉਂਦਾ ਹੈ ਤਾਂ ਉਸ ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ 00001111221 ਵਰਗੇ ਵੱਖੋ ਵੱਖ ਨੰਬਰਾਂ ਦੀ ਸੀਰੀਜ਼ ਦਿਖੇਗੀ ਜਿਸ ਤੋਂ ਤੁਸੀਂ ਆਪਣੀ ਪਸੰਦ ਦਾ ਨੰਬਰ ਪਸੰਦ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਸ਼ੁਰੂਆਤੀ ਨੰਬਰ, ਅਖੀਰਲਾ ਨੰਬਰ ਅਤੇ ਕਿਸ ਸੀਰੀਜ਼ ਦਾ ਨੰਬਰ ਲੈਣਾ ਹੈ ਇਸ ਦਾ ਫਿਲਟਰ ਵੀ ਮਿਲੇਗਾ। ਨੰਬਰ ਚੁਣਨ ਤੋਂ ਬਾਅਦ ਤੁਹਾਨੂੰ ਆਪਣਾ 10 ਅੰਕਾਂ ਦਾ ਮੋਬਾਈਲ ਨੰਬਰ ਐਂਟਰ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਡੇ ਕੋਲ 7 ਅੰਕਾਂ ਦਾ ਇੱਕ ਪਿੰਨ ਆਵੇਗਾ ਜੋ 96 ਘੰਟਿਆਂ ਲਈ ਐਕਟਿਵ ਰਹਿੰਦਾ ਹੈ। ਇੱਥੇ ਹੀ ਤੁਹਾਨੂੰ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਪਿੰਨ ਐਂਟਰ ਕਰਨ ਤੋਂ ਬਾਅਦ ਚੁਣਿਆ ਹੋਇਆ VIP ਨੰਬਰ ਤੁਹਾਡੇ ਰਜਿਸਟਰ ਹੋ ਚੁੱਕੇ ਮੋਬਾਈਲ ਨੰਬਰ 'ਤੇ ਰਜਿਸਟਰ ਹੋ ਜਾਵੇਗਾ। ਇਸ ਤੋਂ ਬਾਅਦ BSNL ਦੇ ਸੈਂਟਰ ਜਾਓ ਅਤੇ ਜ਼ਰੂਰੀ ਡਾਕੂਮੈਂਟ ਜਮ੍ਹਾਂ ਕਰਵਾਉਣ ਤੋਂ ਬਾਅਦ ਜਿਉਂ ਹੀ ਵੈਰੀਫਿਕੇਸ਼ਨ ਦਾ ਕੰਮ ਖਤਮ ਹੋਵੇਗਾ ਤਾਂ ਤੁਹਾਡਾ ਚੁਣਿਆ ਹੋਇਆ VIP ਨੰਬਰ ਚਾਲੂ ਹੋ ਜਾਵੇਗਾ। ਇਸ ਦੇ ਲਈ BSNL ਵੱਲੋਂ 1000 ਰੁਪਏ ਤੋਂ ਲੈ ਕੇ 3000 ਤੱਕ ਦੀ ਫੀਸ ਵੀ ਰੱਖੀ ਗਈ ਹੈ। ਚਲੋ ਇਹ ਤਾਂ ਸੀ BSNL ਦਾ ਪ੍ਰੋਸੈਸ, ਹੁਣ ਗੱਲ ਕਰਦੇ ਹਾਂ ਵੋਡਾਫੋਨ ਦੀ। ਇਸ ਦੇ ਲਈ ਵੀ ਤੁਹਾਨੂੰ ਵੋਡਾਫੋਨ ਦੀ ਅਧਿਕਾਰਕ ਵੈਬਸਾਈਟ 'ਤੇ ਜਾਣਾ ਪਏਗਾ ਜਿੱਥੇ ਤੁਹਾਨੂੰ ਆਪਣਾ ਨਾਮ, ਮੋਬਾਈਲ ਨੰਬਰ ਅਤੇ ਸੂਬੇ ਦੀ ਜਾਣਕਾਰੀ ਦੱਸਣੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ 399 ਅਤੇ 499 ਵਾਲੇ ਪੋਸਟ ਪੇਡ ਪਲਾਨ ਦਿਖਾਈ ਦੇਣਗੇ। ਇਹਨਾਂ ਪਲਾਨਸ ਵਿੱਚੋਂ ਇੱਕ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਨੰਬਰਾਂ ਦੀ ਲਿਸਟ ਦਿਖਾਈ ਦੇਵੇਗੀ। ਤੁਸੀਂ ਲਿਸਟ 'ਚੋਂ ਆਪਣੀ ਪਸੰਦ ਦਾ ਨੰਬਰ ਚੁਣ ਸਕੋਗੇ। ਨੰਬਰ ਪਸੰਦ ਕਰਨ ਤੋਂ ਬਾਅਦ ਤੁਹਾਨੂੰ ਇਸ ਦੀ ਪੇਮੈਂਟ ਕਰਨੀ ਹੋਵੇਗੀ, ਜਿਸਦੇ ਬਾਅਦ ਇਹ ਨੰਬਰ ਤੁਹਾਡੇ ਕੋਲ ਪਹੁੰਚ ਜਾਵੇਗਾ। ਖੈਰ ਪ੍ਰੋਸੈਸ ਤਾਂ ਬਿਲਕੁਲ ਸੌਖੀ ਹੈ, ਵੱਡੀ ਗੱਲ ਹੈ ਕਿ ਕਿਸੇ ਦੀ ਸਿਫਾਰਿਸ਼ ਦੀ ਵੀ ਕੋਈ ਲੋੜ ਨਹੀਂ ਹੈ। ਸੋ ਜਲਦੀ ਕਰੋ, ਇਹ ਆਫਰ ਕਿਤੇ ਮੁੱਕ ਨਾ ਜਾਵੇ।